ਮਸ਼ੀਨ ਦੇ ਵਿੱਚ ਅਸੀਂ ਕੀ ਕੀਤਾ ਵੀ ਜਿਹੜਾ ਪਿੱਛੇ ਬੰਦਾ ਤੁਰਦਾ ਹੈਗਾ ਅਤੇ ਜਿਹੜਾ ਉਹਨੇ ਮਸ਼ੀਨ ਨੂੰ ਅੱਗੇ ਚਲਾਉਣਾ ਹੈਗਾ, ਟਰਾਂਸਪਲਾਂਟਿੰਗ ਸ਼ੁਰੂ ਕਰਨੀ ਹੈ, ਕਲੱਚ ਗੇਅਰ ਬਦਲਣਾ, ਇਹ ਜਿੰਨੇ ਵੀ ਸਾਰੇ ਲੀਵਰ ਨਾਲ ਕੰਮ ਹੁੰਦੇ ਸੀਗੇ ਉਹਨੂੰ ਰਿਮੋਟ ਕੰਟਰੋਲ ਕਰਤਾ। ਤਾਪਮਾਨ ਜ਼ਿਆਦਾ ਹੁੰਦਾ ਅਤੇ ਉਹਦੇ ਵਿੱਚ ਜਿਹੜੇ ਫਾਰਮਰ ਇਹ ਮਸ਼ੀਨਾਂ ਚਲਾਉਂਦੇ ਆ ਅਤੇ ਜ਼ਿਆਦਾਤਰ ਸਵੇਰੇ ਚਲਾਉਂਦੇ ਹੈਗੇ, 4-5 ਘੰਟੇ ਸਵੇਰੇ ਚਲਾ ਲਈ, ਉਸ ਤੋਂ ਬਾਅਦ ਸ਼ਾਮ ਨੂੰ ਚਲਾਉਂਦੇ ਆ। ਅਤੇ ਜਦੋਂ ਅਸੀਂ ਰਿਮੋਟ ਕੰਟਰੋਲ ਵਾਲਾ ਸਿਸਟਮ ਬਣਾ ਲਿਆ ਤਾਂ ਅਸੀਂ ਖੇਤ ਤੋਂ ਬਾਹਰ ਰਹਿ ਕੇ ਜਿਹੜੇ ਹੈਗੇ ਇਸ ਨੂੰ ਧੁੱਪ ਦੇ ਵਿੱਚ ਵੀ ਮਸ਼ੀਨ ਨੂੰ ਚਲਾ ਸਕਦੇ ਹਾਂ। ਫੀਲਡ ਕਪੈਸਿਟੀ 10% ਵੱਧ ਜਾਂਦੀ ਹੈ, ਉਹ ਤੁਹਾਡੀ 3.5-3.5 ਕਿੱਲੇ ਜਿਹੜੇ ਹੈਗੇ ਇੱਕ ਦਿਨ ਦੇ ਵਿੱਚ ਅਸੀਂ 8-10 ਘੰਟੇ 'ਚ ਕਰ ਸਕਦੇ ਹਾਂ। ਪਰ ਜੇ ਅਸੀਂ ਇਹਨੂੰ 14-16 ਘੰਟੇ ਚਲਾਉਂਦੇ ਤਾਂ ਉਸ ਹਿਸਾਬ ਨਾਲ ਜਿਹੜੇ ਅਸੀਂ 4-5 ਕਿੱਲੇ ਇੱਕ ਦਿਨ ਦੇ ਵਿੱਚ ਲਗਾ ਸਕਦੇ ਹਾਂ। ਸੋ ਲੇਬਰ ਦੀ ਘਾਟ ਆ ਰਹੀ ਹੈ ਅਤੇ ਦੂਜਾ ਜਦੋਂ ਇਨਵਾਇਰਮੈਂਟ ਵੀ ਤੁਹਾਡਾ ਥੋੜ੍ਹਾ ਜਿਹਾ ਕੰਫਰਟੇਬਲ ਨਹੀਂ ਹੁੰਦਾ ਤਾਂ ਲੇਬਰ ਵੀ ਇਸ ਕੰਮ ਤੋਂ ਭੱਜਦੀ ਹੈਗੀ ਹੈ। ਦਿਨ ਦਾ ਸੀਜ਼ਨ ਹੈ ਅਤੇ 30×20 ਯਾਨੀ ਕਿ 600 ਕਿਲੋਮੀਟਰ ਇੱਕ ਪਰਸਨ ਕੰਟੀਨਿਊਸਲੀ ਇੱਕ ਸੀਜ਼ਨ ਦੇ ਵਿੱਚ ਇੱਦਾਂ ਦੇ ਫੀਲਡ ਦੇ ਵਿੱਚ ਰਹਿਣਾ ਤਾਂ ਅਸੀਂ ਆਈਡੀਆ ਹੈ ਕਿ ਕਿਉਂ ਨਾ ਮਤਲਬ ਇੱਦਾਂ ਇਹੋ ਜਿਹਾ ਕੰਮ ਕੀਤਾ ਜਾਏ। ਉਹ ਜਿਹੜਾ ਹੁਣ ਕੰਟਰੋਲ ਰਿਮੋਟ ਕੰਟਰੋਲ ਸਿਸਟਮ ਹੈ ਉਹਨੂੰ ਪਾਵਰ ਮਿਲ ਰਹੀ ਹੈ ਬੈਟਰੀ ਦੇ ਨਾਲ, ਔਰ ਜਿਹੜੀ ਮਸ਼ੀਨ ਚੱਲ ਰਹੀ ਹੈ ਪੈਟਰੋਲ ਪੈਟਰੋਲ ਇੰਜਨ ਦੇ ਚੱਲ, ਦੋਨੇ ਵਰਕ ਕਰਦੇ, ਦੋਨੋਂ ਹੀ ਵਰਕ ਕਰਦੇ। ਪਹਿਲਾਂ ਅਸੀਂ ਜਦੋਂ ਦੇਖਦੇ ਹੁੰਦੇ ਸੀ ਕਿ ਖੇਤਾਂ ਦੇ ਵਿੱਚ ਝੋਨਾ ਲਗਾਉਣ ਦੇ ਲਈ ਕਿਸਾਨਾਂ ਨੂੰ ਜਿਹੜੀ ਲੇਬਰ ਲੱਭਣ ਦੇ ਲਈ ਰੇਲਵੇ ਸਟੇਸ਼ਨ 'ਤੇ ਜਾਣਾ ਪੈਂਦਾ ਸੀ, ਵੱਖ ਵੱਖ ਥਾਵਾਂ 'ਤੇ ਜਾਣਾ ਪੈਂਦਾ ਸੀ, ਪਰ ਲੇਬਰ ਜਿਹੜੀ ਆ ਉਹਨਾਂ ਨੂੰ ਮਹਿੰਗੀ ਮਿਲਦੀ ਸੀ। ਪਰ ਜਿਸ ਤਰ੍ਹਾਂ ਟੈਕਨੋਲੋਜੀ ਬਦਲਦੀ ਗਈ ਤਾਂ ਨਵੇਂ ਸੰਦ ਜਿਹੜੇ ਖੇਤੀਬਾੜੀ ਦੇ ਆਉਂਦੇ ਗਏ ਤਾਂ ਇੱਕ ਪੈਡੀ ਟਰਾਂਸਪਲਾਂਟਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇੱਕ ਤਿਆਰ ਕੀਤਾ ਵਾ। ਅਕਸਰ ਮਾਰਕੀਟ ਦੇ ਵਿੱਚ ਇਹ ਟਰਾਂਸਪਲਾਂਟਰ ਜਿਹੜੇ ਮਾਰਕੀਟ ਦੇ ਵਿੱਚ ਮਿਲਦੇ ਨੇ, ਪਰ ਉਸ ਨੂੰ ਚਲਾਉਣ ਦੇ ਲਈ ਵੀ ਜਿਹੜੀ ਆ ਲੇਬਰ ਦੀ ਜ਼ਰੂਰਤ ਹੁੰਦੀ ਆ ਤਾਂ ਮਿਹਨਤ ਬਹੁਤ ਲੱਗਦੀ ਆ। ਪਰ ਇਹ ਸੰਦ ਇੱਕ ਅਜਿਹਾ ਤਿਆਰ ਕੀਤਾ ਵਾ ਜਦੋਂ ਇਹ ਖੇਤਾਂ ਦੇ ਵਿੱਚ ਉਤਾਰਿਆ ਜਾਵੇਗਾ ਤਾਂ ਪੈਡੀ ਜਿਹੜੀ ਆ ਝੋਨੇ ਦੀ ਫਸਲ ਜਿਹੜੀ ਆ ਉਹ ਆਟੋਮੈਟਿਕ ਲੱਗ ਜਾਵੇਗੀ, ਇੱਕ ਰਿਮੋਟ ਦੇ ਨਾਲ ਹੀ ਇਸ ਦੀ ਜਿਹੜੀ ਆ ਫਸਲ ਜਿਹੜੀ ਆ ਖੇਤਾਂ ਦੇ ਵਿੱਚ ਇਸ ਦੇ ਸਹਾਰੇ ਲੱਗ ਜਾਵੇਗੀ। ਤਾਂ ਗੱਲਬਾਤ ਕਰਾਂਗੇ MK ਨਾਰੰਗ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਹੈੱਡ ਨੇ, ਪੂਰਾ ਇਸ ਨੂੰ ਦੇਖ ਰਹੇ ਨੇ ਕਿਸ ਤਰ੍ਹਾਂ ਇਹ ਮਸ਼ੀਨ ਤਿਆਰ ਕੀਤੀ ਆ, ਕਿੰਨਾ ਕੁ ਸਮਾਂ ਲੱਗਿਆ ਵਾ ਅਤੇ ਕਿਸ ਤਰ੍ਹਾਂ ਇਹ ਝੋਨੇ ਦੀ ਫਸਲ ਜਿਹੜੀ ਆ ਲਗਾ ਦਿੰਦੀ ਆ। ਤਾਂ ਮੇਰੇ ਪਿੱਛੇ ਤਸਵੀਰਾਂ ਵੀ ਤੁਸੀਂ ਦੇਖੋਗੇ, ਇਹ ਜੋ ਫਸਲ ਲਗਾਈ ਗਈ ਆ ਉਹ ਇਸੇ ਮਸ਼ੀਨ ਦੇ ਨਾਲ ਇਹ ਫਸਲ ਜਿਹੜੀ ਆ ਲਗਾਈ ਗਈ ਆ। ਤਾਂ ਝੋਨੇ ਦੀ ਫਸਲ ਖੇਤਾਂ ਦੇ ਵਿੱਚ ਲੱਗੀ ਆ, ਕੁਛ ਸਮੇਂ ਬਾਅਦ ਤਿਆਰ ਵੀ ਹੋ ਜਾਏਗੀ, ਤਾਂ ਇਸ ਨੂੰ ਇਸ ਮਸ਼ੀਨ ਦੇ ਜ਼ਰੀਏ ਜਿਹੜਾ ਵਾ ਲਗਾਇਆ ਗਿਆ ਵਾ। ਤਾਂ ਗੱਲਬਾਤ ਕਰਾਂਗੇ ਨਾਰਕ ਸਾਹਿਬ ਨਾਲ। ਡਾਕਟਰ ਸਾਹਿਬ, ਖੇਤਾਂ ਦੇ ਵਿੱਚ ਹੁਣ ਇਹ ਮਸ਼ੀਨ ਦੇ ਜ਼ਰੀਏ ਅਸੀਂ ਆਪਣੀ ਫਸਲ ਲਗਾ ਸਕਦੇ ਹਾਂ, ਕਿਸ ਤਰ੍ਹਾਂ ਇਹ ਤਿਆਰ ਕੀਤੀ ਗਈ ਪੈਡੀ ਜਿਹੜੀ ਟਰਾਂਸਪਲਾਂਟਰ ਮਸ਼ੀਨ ਆ? ਮਾਰਕੀਟ ਦੇ ਵਿੱਚ ਮਿਲਦੀ ਜ਼ਰੂਰ ਆ ਪਰ ਉਸ ਨੂੰ ਵੀ ਚਲਾਉਣ ਦੇ ਲਈ ਜਿਹੜੀ ਆ ਖੇਤਾਂ ਦੇ ਵਿੱਚ ਲੇਬਰ ਉਤਾਰਨੀ ਪੈਂਦੀ ਹੈ, ਪਰ ਇਹ ਬਿਨਾਂ ਲੇਬਰ ਉਤਾਰੇ ਇਹ ਮਸ਼ੀਨ ਜਿਹੜੀ ਆ ਖੇਤਾਂ 'ਚ ਕੰਮ ਕਰੇਗੀ? ਕਿੰਨਾ ਕੁ ਸਮਾਂ ਲੱਗਾ, ਕਿਸ ਤਰ੍ਹਾਂ ਤਿਆਰ ਕੀਤੀ ਹੈ? ਕਿਉਂਕਿ ਇਹ ਜਿਹੜੇ ਹੈਗੇ ਆ ਝੋਨਾ ਲਾਉਣ ਵਾਲੀ ਹੈਗੀ ਆ ਮਕੈਨੀਕਲ ਟਰਾਂਸਪਲਾਂਟਰ ਕਹਿੰਦੇ ਆ, ਅਤੇ ਇਹਨੂੰ ਵਾਕ ਬਾਇੰਡ ਕਹਿੰਦੇ ਆ, ਵੀ ਪਿੱਛੇ ਤੁਰਦਾ ਇਹਦੇ ਬੰਦਾ, ਕਿਉਂਕਿ ਆਮ ਤੌਰ 'ਤੇ ਜਦੋਂ ਆਪਣਾ ਝੋਨੇ ਦੇ ਲਵਾਈ ਦਾ ਸੀਜ਼ਨ ਹੁੰਦਾ ਹੈਗਾ ਲੇਬਰ ਦੀ ਘਾਟ ਆਉਂਦੀ ਹੈਗੀ ਆ। ਇਹ ਜਿਹੜੇ ਟਰਾਂਸਪਲਾਂਟਰ ਹੈਗੇ ਆ, ਇੱਕ ਤਾਂ ਇਹਨਾਂ ਲਈ ਜਿਹੜੀ ਸਾਨੂੰ ਸਪੈਸ਼ਲ ਟਾਈਪ ਦੀ ਨਰਸਰੀ ਜਿਹਨੂੰ ਮੈਟ ਟਾਈਪ ਨਰਸਰੀ ਚਾਹੀਦੀ ਹੈ, ਮੈਟ ਟਾਈਪ ਨਰਸਰੀ ਬੜੇ ਧਿਆਨ ਨਾਲ ਤਿਆਰ ਕਰਨੀ ਪੈਂਦੀ ਹੈਗੀ ਆ, ਉਹਦੇ ਲਈ ਯੂਨੀਵਰਸਿਟੀ ਨੇ ਇੱਕ ਮਸ਼ੀਨ ਵੀ ਡਿਵੈਲਪ ਕੀਤੀ ਹੈਗੀ ਆ, ਜਿਹਦੇ ਨਾਲ ਜਿਹੜੀ ਹੈਗੀ ਆ ਮੈਟ ਟਾਈਪ ਨਰਸਰੀ ਲਈ ਲੇਬਰ ਦੀ ਕਾਫੀ ਬੱਚਤ ਹੁੰਦੀ ਆ, 95-96% ਲੇਬਰ ਦੀ ਬੱਚਤ ਹੁੰਦੀ ਆ। ਸੋ ਇੱਕ ਤਾਂ ਇਹ ਹੈਗੇ ਵੀ ਜਿਹੜੇ ਟਰਾਂਸਪਲਾਂਟਰ ਪਿੱਛੇ ਤੁਰਦੇ ਹੈਗੇ ਆ, ਇਸ
ਮਸ਼ੀਨ ਦੇ ਵਿੱਚ ਅਸੀਂ ਕੀ ਕੀਤਾ ਵੀ ਜਿਹੜਾ ਪਿੱਛੇ ਬੰਦਾ ਤੁਰਦਾ ਹੈਗਾ ਅਤੇ ਜਿਹੜਾ ਉਹਨੇ ਮਸ਼ੀਨ ਨੂੰ ਅੱਗੇ ਚਲਾਉਣਾ ਹੈਗਾ, ਟਰਾਂਸਪਲਾਂਟਿੰਗ ਸ਼ੁਰੂ ਕਰਨੀ ਹੈ, ਕਲੱਚ ਗੇਅਰ ਬਦਲਣਾ, ਇਹ ਜਿੰਨੇ ਵੀ ਸਾਰੇ ਲੀਵਰ ਨਾਲ ਕੰਮ ਹੁੰਦੇ ਸੀਗੇ ਉਹਨੂੰ ਰਿਮੋਟ ਕੰਟਰੋਲ ਕਰਤਾ। ਅਤੇ ਆਮ ਤੌਰ 'ਤੇ ਜਿਹੜਾ ਇੱਕ ਬੰਦਾ ਪਿੱਛੇ ਮਸ਼ੀਨ ਦੇ ਜਦੋਂ ਖੇਤ ਦੇ ਵਿੱਚ ਚੱਲਦਾ ਹੈਗਾ ਅਤੇ ਉਹ ਬੰਦਾ ਜਿਹੜਾ ਹੈਗਾ ਖੇਤ ਜਦੋਂ ਬੰਦਾ ਚੱਲਦਾ ਹੈਗਾ ਕੱਦੂ ਕੀਤੇ ਖੇਤ ਦੇ ਵਿੱਚ, ਇੱਕ ਤਾਂ ਚੱਲਣਾ ਥੋੜ੍ਹਾ ਜਿਹਾ ਔਖਾ ਹੁੰਦਾ ਕਿਉਂਕਿ ਤਾਪਮਾਨ ਵੀ ਜ਼ਿਆਦਾ ਹੁੰਦਾ, ਹੁੰਮਸ ਹੁੰਦੀ ਹੈ। ਦੂਜਾ ਨਾਲ ਨਾਲ ਜਿਹੜਾ ਹੈਗਾ ਜਦੋਂ ਪਿੱਛੇ ਤੁਰਦਾ ਹੈਗਾ ਕੋਈ 4 ਲਾਈਨਾਂ ਜਾਂ 6 ਲਾਈਨਾਂ ਮਸ਼ੀਨ ਲਗਾਉਂਦੀ ਹੈਗੀ ਆ ਤਾਂ ਉਹਨੂੰ ਲਾਈਨਾਂ ਦੇ ਵਿੱਚ ਤੁਰਨਾ ਪੈਂਦਾ ਹੈਗਾ। ਅਤੇ ਉਹ ਕਈ ਵਾਰੀ ਜਿਹੜਾ ਹੁੰਦਾ ਜਿਹੜੇ ਹੈਗੇ ਆਪਣੇ ਥਾਈਜ਼ ਕਹਿੰਦੇ ਆ ਪੱਟਾਂ ਦੇ ਵਿੱਚ ਜਿਹੜੇ ਹੈਗੇ ਆ ਰੈਸ਼ਿਜ਼ ਪੈ ਜਾਂਦੀਆਂ ਹੈਗੀਆਂ। ਅਤੇ ਉਸ ਨੂੰ ਸੁਖਾਲਾ ਕਰਨ ਲਈ ਜਿਹੜਾ ਹੈਗਾ ਰਿਮੋਟ ਕੰਟਰੋਲ ਸਿਸਟਮ ਬਣਾ ਲਿਆ ਹੈਗਾ, ਜਿਹੜਾ ਤੁਸੀਂ ਖੇਤ ਤੋਂ ਬਾਹਰ ਬੈਠ ਕੇ 300 ਤੋਂ 400 ਮੀਟਰ ਰੇਂਜ ਹੈਗੀ ਆ ਰਿਮੋਟ ਕੰਟਰੋਲ ਨਾਲ ਚੱਲਦਾ ਹੈਗਾ, ਤੁਸੀਂ ਬਾਹਰ ਬੈਠ ਕੇ ਜਿਹੜਾ ਇਸ ਮਸ਼ੀਨ ਨੂੰ ਚਲਾ ਸਕਦੇ ਹਾਂ। ਕਿਉਂਕਿ ਆਮ ਤੌਰ 'ਤੇ ਜਦੋਂ ਖੇਤ ਦੇ ਵਿੱਚ ਬੰਦਾ ਤੁਰਦਾ ਹੈਗਾ ਤਾਂ ਬੰਦੇ ਦੀ ਤੁਰਨ ਦੀ ਸਪੀਡ ਹੈਗੀ ਆ 1.5-2 ਕਿਲੋਮੀਟਰ ਤੱਕ ਹੁੰਦੀ ਆ, ਵੱਧ ਤੋਂ ਵੱਧ 2 ਕਿਲੋਮੀਟਰ ਹੋ ਗਏ, 2 ਕਿਲੋਮੀਟਰ ਵੀ ਬੰਦਾ ਭੱਜਦਾ ਹੈਗਾ। ਅਤੇ ਉਹਦੇ ਲਈ ਜਿਹੜਾ ਔਖਾ ਹੈਗਾ ਆਮ ਤੌਰ 'ਤੇ 1-1.5 ਕਿਲੋਮੀਟਰ 'ਤੇ ਸਪੀਡ 'ਤੇ ਜਿਹੜਾ ਸਹੀ ਚੱਲਦਾ, ਲੇਕਿਨ ਜਦੋਂ ਅਸੀਂ ਰਿਮੋਟ ਕੰਟਰੋਲ ਨਾਲ ਚਲਾਉਂਦੇ ਹਾਂ ਤਾਂ ਇਹਦੀ ਸਪੀਡ ਅਸੀਂ ਵਧਾ ਸਕਦੇ ਹਾਂ, 2.5 ਕਿਲੋਮੀਟਰ ਤੱਕ ਅਸੀਂ ਚਲਾ ਸਕਦੇ ਹਾਂ। ਸੋ ਅਤੇ ਨਾਲ ਜਦੋਂ ਅਸੀਂ ਕਿਉਂਕਿ ਤਾਪਮਾਨ ਜ਼ਿਆਦਾ ਹੁੰਦਾ ਅਤੇ ਉਹਦੇ ਵਿੱਚ ਜਿਹੜੇ ਫਾਰਮਰ ਇਹ ਮਸ਼ੀਨਾਂ ਚਲਾਉਂਦੇ ਆ ਅਤੇ ਜ਼ਿਆਦਾਤਰ ਸਵੇਰੇ ਚਲਾਉਂਦੇ ਹੈਗੇ, 4-5 ਘੰਟੇ ਸਵੇਰੇ ਚਲਾ ਲਈ, ਉਸ ਤੋਂ ਬਾਅਦ ਸ਼ਾਮ ਨੂੰ ਚਲਾਉਂਦੇ ਆ, ਅਤੇ ਜਦੋਂ ਅਸੀਂ ਰਿਮੋਟ ਕੰਟਰੋਲ ਵਾਲਾ ਸਿਸਟਮ ਬਣਾ ਲਿਆ ਤਾਂ ਅਸੀਂ ਖੇਤ ਤੋਂ ਬਾਹਰ ਰਹਿ ਕੇ ਜਿਹੜੇ ਹੈਗੇ ਇਸ ਨੂੰ ਧੁੱਪ ਦੇ ਵਿੱਚ ਵੀ ਮਸ਼ੀਨ ਨੂੰ ਚਲਾ ਸਕਦੇ ਹਾਂ। ਤਾਂ ਸਾਡਾ ਜਿਹੜਾ ਵਰਕਿੰਗ ਟਾਈਮ ਹੈਗਾ ਮਸ਼ੀਨ ਦਾ ਜਿਹੜਾ 8-10 ਘੰਟਿਆਂ ਦਾ, 15-16 ਘੰਟੇ ਅਸੀਂ ਮਸ਼ੀਨ ਨੂੰ ਚਲਾ ਸਕਦੇ ਹਾਂ। ਅਤੇ ਨਾਲ ਜਿਹੜੀ ਅਸੀਂ ਫੀਲਡ ਕਪੈਸਿਟੀ ਆਮ ਤੌਰ 'ਤੇ ਜਿਹੜੀ ਪਿੱਛੇ ਤੁਰਨ ਨਾਲ ਜਦੋਂ ਚੱਲਦਾ ਹੈਗਾ ਤਾਂ ਉਹ 2.5-3 ਕਿੱਲੇ ਜਿਹੜਾ ਹੈਗਾ, 2.5-3 ਕਿੱਲੇ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਕਰਦਾ ਹੈਗਾ 8-10 ਘੰਟੇ ਦੇ ਵਿੱਚ। ਜੇ ਅਸੀਂ ਰਿਮੋਟ ਕੰਟਰੋਲ ਨਾਲ ਚਲਾਉਂਦੇ ਹਾਂ ਤਾਂ ਸਾਡੀ ਜਿਹੜੀ ਹੈਗੀ ਆ ਫੀਲਡ ਕਪੈਸਿਟੀ 10% ਵੱਧ ਜਾਂਦੀ ਹੈ, ਉਹ ਤੁਹਾਡੀ 3.5-3.5 ਕਿੱਲੇ ਜਿਹੜੇ ਹੈਗੇ ਇੱਕ ਦਿਨ ਦੇ ਵਿੱਚ ਅਸੀਂ 8-10 ਘੰਟੇ 'ਚ ਕਰ ਸਕਦੇ ਹਾਂ। ਪਰ ਜੇ ਅਸੀਂ ਇਹਨੂੰ 14-16 ਘੰਟੇ ਚਲਾਉਂਦੇ ਹਾਂ ਤਾਂ ਉਸ ਹਿਸਾਬ ਨਾਲ ਜਿਹੜੇ ਅਸੀਂ 4-5 ਕਿੱਲੇ ਇੱਕ ਦਿਨ ਦੇ ਵਿੱਚ ਲਗਾ ਸਕਦੇ ਹਾਂ। ਸੋ ਕਿਉਂਕਿ ਜਿਹੜੇ ਆ ਟਰਾਂਸਪਲਾਂਟਰ ਹੈਗਾ ਤੁਹਾਡਾ ਸੀਜ਼ਨ ਦੇ ਵਿੱਚ ਹੀ ਚੱਲਣਾ, ਸੀਜ਼ਨ ਸਾਡਾ ਜਿਹੜਾ 15-10 ਜੂਨ ਤੋਂ ਸ਼ੁਰੂ ਹੋ ਕੇ ਅਤੇ ਤੁਸੀਂ ਜਿਹੜਾ ਹੈਗਾ 20 ਜੁਲਾਈ ਤੱਕ ਜੇ ਬਾਸਮਤੀ ਦੀ ਗੱਲ ਕਰੀਏ ਲਾ ਸਕਦੇ ਹਾਂ। ਅਤੇ ਇਸ ਮਸ਼ੀਨ 'ਚ ਜਿੰਨਾ ਮਸ਼ੀਨ ਨੂੰ ਅਸੀਂ ਵੱਧ ਤੋਂ ਵੱਧ ਚਲਾ ਲਾਂਗੇ ਸਾਡੀ ਰਨਿੰਗ ਕੋਸਟ ਘੱਟਦੀ ਆ। ਆਮ ਤੌਰ 'ਤੇ ਜਿਹੜਾ ਮਸ਼ੀਨਾਂ ਦਾ ਕਿਰਾਏ 'ਤੇ ਜਿਹੜੀਆਂ ਮਸ਼ੀਨਾਂ ਕਈ ਫਾਰਮਰ ਕਿਰਾਏ 'ਤੇ ਵੀ ਚਲਾ ਰਹੇ ਹੈਗੇ ਆ ਉਹ ਜਿਹੜਾ ਹੈਗਾ 5,000 ਤੋਂ ਲੈ ਕੇ 6,000 ਰੁਪਇਆ ਕਿੱਲਾ ਜਿਹੜਾ ਹੈਗਾ, ਨਰਸਰੀ ਵੀ ਨਾਲ ਦਿੰਦੇ ਹੈਗੇ ਆ 6,500 ਤੱਕ ਜਿਹੜਾ ਹੈਗਾ ਇਸ ਮਸ਼ੀਨ ਨੂੰ ਕਿਰਾਏ 'ਤੇ ਚਲਾ ਰਿਹਾ, ਜਿਹਦੇ ਵਿੱਚ ਨਰਸਰੀ ਵੀ ਨਾਲ ਹੈਗੀ ਆ, ਬਾਕੀ ਮਸ਼ੀਨ ਦਾ ਜਿਹੜਾ ਹੈਗਾ ਕਿਰਾਇਆ ਹੈਗਾ 1 ਕਿੱਲੇ ਦਾ। ਸੋ ਜਿਹੜੀਆਂ ਇਸ ਪੰਜਾਬ ਦੇ ਵਿੱਚ 800-850 ਮਸ਼ੀਨਾਂ ਜਿਹੜੀਆਂ ਚੱਲ ਰਹੀਆਂ ਹੈਗੀਆਂ। ਸੋ ਕਿਉਂਕਿ ਜਦੋਂ ਰਿਮੋਟ ਕੰਟਰੋਲ ਸਿਸਟਮ ਅਸੀਂ ਰੋਬੋਟਿਕ ਦੀ ਗੱਲ ਕਰਦੇ ਹਾਂ, ਆਟੋਮੇਸ਼ਨ ਦੀ ਗੱਲ ਕਰਦੇ ਹਾਂ, ਜਦੋਂ ਇਹ ਖੇਤਾਂ ਦੇ ਵਿੱਚ ਐਗਰੀਕਲਚਰ ਦੇ ਵਿੱਚ ਆਏਗੀ ਤਾਂ ਜਿਹੜੀ ਸਾਡੀ ਨਵੀਂ ਪੀੜ੍ਹੀ ਹੈਗੀ ਆ ਉਹ ਵੀ ਜਿਹੜੀ ਸਾਡੀ ਖੇਤੀਬਾੜੀ ਨਾਲ ਜੁੜੂਗੀ। ਅਤੇ ਕਿਉਂਕਿ ਰਿਮੋਟ ਕੰਟਰੋਲ ਨਾਲ ਚਲਾਉਣਾ ਹੈਗਾ ਆ ਜਿਹੜੀ ਨਵੀਂ ਪੀੜ੍ਹੀ ਆ ਰਹੀ ਆ ਇਹ ਬੜੇ ਹੈਪਚੁਅਲ ਹੁੰਦੇ ਆ, ਉਹ ਸਾਡੇ ਨਾਲ ਵੀ ਵਧੀਆ ਜਿਹੜੇ ਚਲਾ ਲੈਂਦੇ ਹੈਗੇ। ਗੱਡੀ ਕੋਲ ਲਗਾਓ ਤੁਸੀਂ, ਏਸੀ ਚਲਾ ਕੇ ਤੁਸੀਂ ਇਹ ਖੇਤੀਬਾੜੀ ਕਰ ਸਕਦੇ। ਹਾਂਜੀ ਹਾਂਜੀ, ਅਤੇ ਅਸੀਂ ਇਸ ਤੋਂ ਅੱਗੇ ਵੀ ਕੰਮ ਕਰ ਰਹੇ ਹੈਗੇ ਹਾਂ ਵੀ ਤੁਸੀਂ ਆਪਣੇ ਕਮਰੇ 'ਤੇ ਬੈਠ ਕੇ ਵੀ ਜਿਹੜੀ ਹੈਗੀ ਆ ਮਸ਼ੀਨ ਨੂੰ ਤੁਸੀਂ ਚਲਾਓਗੇ ਆਉਣ ਵਾਲੇ ਟਾਈਮ 'ਚ, 1-2 ਸਾਲ ਦੇ ਵਿੱਚ ਜਿਹੜਾ ਅਸੀਂ ਇਸ 'ਤੇ ਲੈ ਰਹੇ ਹਾਂ। ਸੋ ਕਿਉਂਕਿ ਖੇਤੀਬਾੜੀ ਦੇ ਵਿੱਚ ਜਿਹੜਾ ਇਹਦਾ ਫਾਇਦਾ ਵੀ ਹੋਵੇਗਾ, ਜਿਹੜਾ ਪੰਜਾਬੀ ਬਾਹਰ ਜਾ ਰਿਹਾ, ਨੌਜਵਾਨ ਬਾਹਰ ਜਾ ਰਿਹਾ, ਉਹ ਵੀ ਇੱਥੇ ਰਹਿ ਜਾਏਗਾ ਕਿਉਂਕਿ ਟੈਕਨੋਲੋਜੀ ਬਦਲ ਗਈ ਆ, ਆਸਾਨ ਕੰਮ ਹੋ ਗਿਆ। ਹਾਂ, ਕਿਉਂਕਿ ਹੁਣ ਜਿਹੜੇ ਤੁਹਾਡੇ ਕਈ ਬੰਦੇ ਜਿਹੜੇ ਫਾਰਮਰ ਬਾਹਰ ਜਾ ਰਹੇ ਹੈਗੇ ਆ, ਠੀਕ ਹੈ ਜੀ, ਉਹ ਉੱਥੋਂ ਬੈਠੇ ਹੀ ਕੰਟਰੋਲ ਕਰ ਰਹੇ ਹੈਗੇ ਆ। ਜਿਵੇਂ ਅਸੀਂ ਕਹਿੰਦੇ ਹਾਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਬੰਦੇ ਜਿਹੜਾ ਏਰੀਆ ਵੱਧ ਹੈਗਾ, ਬੰਦੇ ਘੱਟ ਹੈਗੇ ਆ ਆਪਣੇ ਕੋਲ, ਕਿਉਂਕਿ ਇੱਕ ਥੋੜ੍ਹੀ ਜਿਹੀ ਹੈਗੀ ਆਪਣੀ ਲੈਂਡ ਹੋਲਡਿੰਗ ਛੋਟੀ ਹੈਗੀ ਆ, ਸਮਾਲ ਫਾਰਮਰ ਆ, ਅਤੇ ਉਹਦੇ 'ਤੇ ਸਾਡੀ ਜਿਹੜੀ ਰੋਜ਼ੀ ਰੋਟੀ ਹੁੰਦੀ ਹੈ ਅਤੇ ਉੱਥੇ ਸਾਡੀ ਲੇਬਰ ਦੀ ਰਿਕੁਆਇਰਮੈਂਟ ਵੀ ਜ਼ਿਆਦਾ ਹੈਗੀ ਆ। ਪਰ ਲੇਬਰ ਦੇ
ਜਿਹੜੀ ਸੀਜ਼ਨ ਹੁੰਦਾ ਉਦੋਂ ਲੇਬਰ ਦੀ ਘਾਟ ਆ ਰਹੀ ਹੈ, ਇੰਡਸਟਰੀ ਦੇ ਵਿੱਚ ਹੋ ਗਿਆ, ਹੋਰ ਮਨਰੇਗਾ ਸਕੀਮਾਂ ਚੱਲ ਰਹੀਆਂ, ਸੋ ਲੇਬਰ ਦੀ ਘਾਟ ਆ ਰਹੀ ਹੈ। ਅਤੇ ਦੂਜਾ ਜਦੋਂ ਇਨਵਾਇਰਮੈਂਟ ਵੀ ਤੁਹਾਡਾ ਥੋੜ੍ਹਾ ਜਿਹਾ ਕੰਫਰਟੇਬਲ ਨਹੀਂ ਹੁੰਦਾ ਤਾਂ ਲੇਬਰ ਵੀ ਇਸ ਕੰਮ ਤੋਂ ਭੱਜਦੀ ਹੈਗੀ ਹੈ। ਐਕਸਪੈਰੀਮੈਂਟ ਕਦੋਂ ਸ਼ੁਰੂ ਕੀਤਾ ਕਿ ਇਹ ਮੋਟਰ ਵਾਲੀ ਇਸ ਤਰ੍ਹਾਂ ਦੀ ਇਹ ਬਣਾ ਲਿੱਤੀ ਜਾਵੇ? ਇਹ ਡਾਕਟਰ ਲੋਹਾਨ ਸਾਡੇ ਨਾਲ ਹੈਗੇ ਆ, ਇਹਨਾਂ ਦਾ PhD ਦਾ ਕੰਮ ਹੈ। ਗੱਲਬਾਤ ਕਰਾਂਗੇ ਡਾਕਟਰ ਸਾਹਿਬ। ਇਹ ਰਿਮੋਟ ਤਾਂ ਮੈਂ ਸਮਝਦਾ ਕਿ ਵੀਡੀਓ ਗੇਮ ਖੇਡਣ ਵਾਲਾ ਨਹੀਂ, ਇਹ ਤਾਂ ਤੁਸੀਂ ਖੇਤਾਂ 'ਚ ਹੁਣ ਮਸ਼ੀਨਰੀ ਕੰਮ ਕਰ ਸਕਦੇ ਆ, ਇਹ ਕਿਸ ਤਰ੍ਹਾਂ ਆਈਡੀਆ ਹੈ ਕਿ ਇਸ ਤਰ੍ਹਾਂ ਤਿਆਰ ਕਰ ਲਿੱਤਾ ਜਾਵੇ? ਇਹ ਆਈਡੀਆ ਅਸਲ 'ਚ ਸਾਡੀ PhD ਦਾ ਵਰਕ ਸੀਗਾ। ਉਦੋਂ ਅਸੀਂ ਆਹ ਪ੍ਰੋਬਲਮ ਲਈ 2019 ਦੇ ਵਿੱਚ ਅਤੇ 20 ਦੇ ਵਿੱਚ ਇਹ ਸਟਾਰਟ ਕੀਤਾ। ਔਰ ਇਸ ਮਸ਼ੀਨ ਦੇ ਪਹਿਲਾਂ ਕੀ ਸੀਗਾ, ਜਿਹੜਾ ਲੀਵਰਸ ਹੈ ਨਾ, ਉਹ ਲੀਵਰਸ ਇਸ ਤਰੀਕੇ ਦੇ ਨਾਲ ਹੈ ਕਿ ਜਿੱਦਾਂ ਆਪਾਂ ਮੋਟਰਸਾਈਕਲ ਜਾਂ ਗੱਡੀ ਦੇ ਹੈ, ਰੇਸ ਹੈ, ਐਕਸੀਲੇਟਰ ਹੈ, ਬ੍ਰੇਕ ਹੈ, ਕਲਚ ਹੈ, ਗੇਅਰ ਹੈ, ਔਰ ਟਰਾਂਸਪਲਾਂਟਿੰਗ ਔਨ ਔਰ ਆਫ ਕਰਨ ਦੇ ਲੀਵਰ ਸੀਗੇ, 7 ਲੀਵਰ ਸੀਗੇ। ਅਤੇ ਉਹ 7 ਲੀਵਰ 'ਤੇ ਅਸੀਂ ਕੀ ਕੀਤਾ, ਮਤਲਬ ਉੱਥੇ ਮੋਟਰਾਂ ਲਗਾਈ ਔਰ ਉਹਦਾ ਕਨੈਕਸ਼ਨ ਅਸੀਂ ਇੱਥੇ ਲਿਆਏ। ਉਹ ਜਿਹੜਾ ਇਹ ਲੀਵਰ ਹੈ ਇਹ ਲੈਫਟ ਰਾਈਟ ਦਾ ਹੋ ਗਿਆ। ਹੁਣ ਜੇ ਆਪਾਂ ਰਾਈਟ ਪਾਸੇ ਕਰਾਂਗੇ ਤਾਂ ਰਾਈਟ ਮੁੜ ਜਾਣਾ ਹੈ, ਲੈਫਟ ਪਾਸੇ ਕਰਾਂਗੇ ਲੈਫਟ। ਇਹ ਆਪਣਾ ਟਰਾਂਸਪਲਾਂਟਿੰਗ ਔਨ ਅਤੇ ਔਫ ਦਾ, ਆਹ ਕਲਚ ਦਾ ਹੈ ਅਤੇ ਇਹ ਗੇਅਰਸ ਦਾ ਅਤੇ ਇਹ ਬ੍ਰੇਕ ਦਾ। ਅਤੇ ਉਹ ਸਾਰੇ ਸਿਸਟਮ ਹੁਣ ਆਪਣੇ ਇੱਥੇ ਆ ਗਏ ਹੈ। ਤੁਹਾਡੀ ਗੱਲ ਜਿਹੜੀ ਕੁਸ਼ਚਨ ਸੀਗਾ ਕਿ ਆਈਡੀਆ ਕਿੱਥੋਂ ਆਇਆ, ਆਈਡੀਆ ਇਹ ਆਇਆ ਕਿ ਪਹਿਲਾਂ ਦੇਖੋ 2 ਕਿਲੋਮੀਟਰ ਦੀ ਸਪੀਡ ਆਪਾਂ ਐਵਰੇਜ, ਡਾਕਟਰ ਸਾਹਿਬ ਨੇ ਵੀ ਦੱਸਿਆ ਕਿ ਐਵਰੇਜ ਮੰਨ ਕੇ ਚੱਲਦੇ ਹਾਂ, ਔਰ ਇਸ ਮੌਸਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੁਲਾਈ ਵਾਲੇ ਮਹੀਨੇ ਦੇ ਵਿੱਚ, ਅਤੇ ਆਪਣਾ ਟੈਂਪਰੇਚਰ 47 ਲੱਗ ਵੀ ਗਿਆ ਲੁਧਿਆਣੇ ਦਾ ਇਸ ਸਾਲ ਦਾ, ਔਰ ਰਿਲੇਟਿਵ ਹਿਊਮਿਡਿਟੀ 80 ਤੋਂ ਵੀ ਉੱਤੇ ਸੀਗੀ। ਯਾਨੀ ਕਿ ਲੇਬਰ ਖੇਤ 'ਚ ਉਤਾਰਨੀ ਮੁਸ਼ਕਿਲ ਹੋ ਗਈ, ਉਤਾਰਨੀ ਮੁਸ਼ਕਿਲ ਹੋ ਗਈ। ਅਤੇ ਪੂਰੇ ਦਿਨ ਦਾ ਜੇ ਆਪਾਂ ਹਿਸਾਬ ਕਿਤਾਬ ਰੱਖੀਏ ਤਾਂ ਜੇ 8 ਘੰਟੇ ਵੀ ਕੰਮ ਕਰਦਾ ਹੈ ਤਾਂ 8 × 16 ਤੋਂ ਲੈ ਕੇ 20 ਕਿਲੋਮੀਟਰ ਉਹਨੂੰ ਇਸ ਕੱਦੂ ਵਾਲੇ ਖੇਤ 'ਤੇ ਤੁਰਨਾ, ਅਤੇ ਜਿਵੇਂ ਕਿ 30 ਦਿਨ ਦਾ ਸੀਜ਼ਨ ਹੈ ਅਤੇ 30 × 20 ਯਾਨੀ ਕਿ 600 ਕਿਲੋਮੀਟਰ ਇੱਕ ਪਰਸਨ ਕੰਟੀਨਿਊਸਲੀ ਇੱਕ ਸੀਜ਼ਨ ਦੇ ਵਿੱਚ ਇੱਦਾਂ ਦੇ ਫੀਲਡ ਦੇ ਵਿੱਚ ਰਹਿਣਾ, ਤਾਂ ਅਸੀਂ ਆਈਡੀਆ ਹੈ ਕਿ ਕਿਉਂ ਨਾ ਮਤਲਬ ਇੱਦਾਂ ਇਹੋ ਜਿਹਾ ਕੰਮ ਕੀਤਾ ਜਾਏ ਕਿ ਜਿਹੜੇ ਆਪਣੇ ਮਤਲਬ ਕਿਸਾਨ ਵੀਰ ਹੈ ਉਹਨਾਂ ਵਾਸਤੇ ਕਿ ਉਹਨਾਂ ਨੂੰ ਫੀਲਡ ਦੇ ਵਿੱਚ ਨਾ ਉਤਰ ਕੇ ਉਹ ਬਾਹਰ ਬੈਠ ਕੇ ਕੰਫਰਟੇਬਲ ਜ਼ੋਨ 'ਚ ਇਸ ਮਸ਼ੀਨ ਨੂੰ ਓਪਰੇਟ ਕਰਨ। ਇੱਕ ਵਾਰ 'ਚ ਕਿੰਨਾ ਕੁ ਕੰਮ ਜਿਹੜਾ ਵਾ ਇਹ ਮਸ਼ੀਨ ਕਰ ਜਾਂਦੀ ਹੈ ਜਦੋਂ ਤੁਸੀਂ ਇੱਕ ਵਾਰੀ ਤੁਸੀਂ ਇਹਨੂੰ ਉਤਾਰਤਾ? ਇੱਕ ਵਾਰ ਤਾਂ ਇਹ ਗੱਲ ਹੈ ਕਿ ਪਹਿਲਾਂ ਜਿੱਦਾਂ 2 ਕਿਲੋਮੀਟਰ ਦੀ ਸਪੀਡ ਸੀਗੀ ਨਾ, ਅਤੇ ਹੁਣ ਆਪਾਂ ਇਹਨੂੰ 2.5 ਤੋਂ 2.5 ਕਿਲੋਮੀਟਰ ਸਪੀਡ ਲੱਗ ਵੀ ਇਹਨੂੰ ਚਲਾ ਸਕਦੇ ਹਾਂ। ਇਹਦਾ ਮਤਲਬ ਹੈ ਕਿ ਆਪਾਂ 10% ਜਿਹੜੀ ਸਪੀਡ ਵਧਾ ਦੀ ਅਤੇ ਇਹਦੀ ਇਫੀਸ਼ੀਐਂਸੀ ਕੈਪੈਸਿਟੀ ਹੈ ਉਹ ਵੀ ਘੱਟੋ ਘੱਟ 10 ਤੋਂ ਲੈ ਕੇ 12-13% ਤੱਕ ਵੱਧ ਗਈ ਹੈ। ਅਤੇ ਜਿੰਨਾ ਪਹਿਲਾਂ ਕੈਪੈਸਿਟੀ ਸੀਗੀ ਹੁਣ 2.5 ਕਿੱਲੇ ਅਤੇ ਹੁਣ ਇਹ 3 ਕਿੱਲੇ ਲੱਗ ਇਹ ਕਰ ਸਕਦੀ। 1 ਕਿੱਲੇ 'ਚ ਮਤਲਬ ਕਿੰਨਾ ਕੁ ਸਮਾਂ ਲੱਗੇਗਾ ਜੇ ਇਸ ਦੇ ਜ਼ਰੀਏ ਅਸੀਂ ਇਹ ਪੈਡੀ ਲਗਾਈਏ? 1 ਕਿੱਲੇ 'ਚ ਪਹਿਲੇ ਮਤਲਬ 2.25 ਘੰਟੇ ਲੱਗਦੇ ਸੀਗੇ, ਹੁਣ ਆਪਣੇ 1.25 ਘੰਟੇ ਦੇ ਵਿੱਚ 1 ਕਿੱਲਾ ਕਰ ਦਿੰਦੀ ਹੈ। ਐਕਸਪੈਰੀਮੈਂਟ ਕਾਮਯਾਬ ਰਿਹਾ ਜੀ, ਪੂਰਾ ਪੈਡੀ ਬਿਲਕੁਲ ਸਹੀ ਲੱਗ ਰਿਹਾ। 3 ਸਾਲਾਂ ਤੋਂ ਲਗਾਤਾਰ ਟੈਸਟ ਕਰ ਰਹੇ ਹਾਂ ਇਹਨੂੰ, ਔਰ ਕਈ ਅਲੱਗ ਅਲੱਗ ਟਾਈਪ ਦੀ ਸੋਇਲ ਦੇ ਉੱਤੇ ਵੀ ਅਸੀਂ ਟੈਸਟ ਕੀਤਾ ਹੈ, ਇਹਦੇ ਰਿਜ਼ਲਟਸ ਬੜੇ ਵਧੀਆ ਆਏ ਹੈ। ਅਸੀਂ ਇਹ ਵੀ ਚੀਜ਼ ਦੇਖਿਆ ਕਿ ਜਦੋਂ ਓਪਰੇਟਰ ਇਹਨੂੰ ਓਪਰੇਟ ਕਰਦਾ ਹੈ ਪਿੱਛੇ ਤੁਰ ਕੇ, ਅਤੇ ਦੂਜਾ ਬਣਾਉਣ ਤੋਂ ਬਾਅਦ ਜੇ ਕੁਰਸੀ 'ਤੇ ਬਹਿ ਕੇ ਵੀ ਓਪਰੇਟ ਕਰਦਾ ਹੈ ਅਤੇ ਉਹਦੀ ਹਾਰਟ ਰੇਟ ਦਾ, ਉਹਦਾ ਐਨਰਜੀ ਐਕਸਪੈਂਡੀਚਰ ਦਾ, ਉਹ ਵੀ ਅਸੀਂ ਐਨਾਲਿਸਿਸ ਕੀਤਾ। ਅਤੇ ਉਹਦੇ ਵਿੱਚ ਵੀ 70 ਤੋਂ ਲੈ ਕੇ 85% ਜਿਹੜੀ ਹੈ ਮਤਲਬ ਆਪਣੀ ਜਿਹੜੀ ਐਨਰਜੀ ਹੈ ਉਹ ਆਪਣੀ ਘੱਟ ਲੱਗਦੀ ਹੈ। ਇਹ ਚੱਲਦਾ ਫਿਰ ਪੈਟਰੋਲ ਨਾਲ, ਬੈਟਰੀ ਵੀ ਲਗਾਇਆ, ਕਿਸ ਤਰ੍ਹਾਂ ਇਹ ਚੱਲਦਾ? ਇਹ ਜਿਹੜੀ ਮਸ਼ੀਨ ਹੈ ਇਹ ਪਹਿਲਾਂ ਅਵੇਲੇਬਲ ਸੀਗੀ, ਇਹ ਪੈਟਰੋਲ ਓਪਰੇਟਿਡ ਇੰਜਨ ਸੀਗਾ ਪਹਿਲਾਂ, ਪਰ ਜਿਹੜਾ ਅਸੀਂ ਸਿਸਟਮ ਲਗਾਇਆ, ਜਿਹੜੀ ਮੋਟਰਾਂ ਲਗਾਈਆਂ ਉਹਨਾਂ ਨੂੰ ਅਸੀਂ ਪਾਵਰ ਦਿੱਤੀ ਹੈ 12 ਵੋਲਟ ਦੀ ਬੈਟਰੀ ਦੇ ਨਾਲ। ਉਹ ਜਿਹੜਾ ਹੁਣ ਕੰਟਰੋਲ, ਰਿਮੋਟ ਕੰਟਰੋਲ ਸਿਸਟਮ ਹੈ ਉਹਨੂੰ ਪਾਵਰ ਮਿਲ ਰਹੀ ਹੈ ਬੈਟਰੀ ਦੇ ਨਾਲ, ਔਰ ਜਿਹੜੀ ਮਸ਼ੀਨ ਚੱਲ ਰਹੀ ਹੈ ਪੈਟਰੋਲ ਪੈਟਰੋਲ ਇੰਜਨ 'ਤੇ, ਦੋਨੇ ਵਰਕ ਕਰਦੇ, ਦੋਨੋਂ ਹੀ ਵਰਕ ਕਰਦੇ ਹੈ, ਦੋਨੋਂ ਦਾ ਅਲੱਗ ਅਲੱਗ ਸਿਸਟਮ ਹੈ। ਹਾਂਜੀ।
ਲੇਬਰ ਜਿਵੇਂ ਮਹਿੰਗੀ ਮਿਲਦੀ ਆ, ਲੇਬਰ ਨੂੰ ਲਿਆਉਣ ਦੇ ਲਈ ਕਹਿੰਦੇ ਕਿ ਏਸੀ ਕਮਰੇ ਚਾਹੀਦੇ ਨੇ, ਖਾਣ ਪੀਣ ਲਈ ਵਧੀਆ ਸਮਾਨ ਚਾਹੀਦਾ ਵਾ, ਤਾਂ ਕਿੰਨਾ ਕੁ ਖਰਚ ਬੱਚਤ ਕਿੰਨੀ ਕੁ ਹੋਈ ਹੈ ਇਸ ਦੇ ਨਾਲ? ਇਹ ਪਹਿਲਾਂ 3 ਆਦਮੀ ਚਾਹੀਦੇ ਸੀਗੇ ਇਹਨੂੰ ਮਸ਼ੀਨ ਨੂੰ ਚਲਾਉਣ ਵਾਸਤੇ, ਹੁਣ ਅਸੀਂ 2 ਹੀ ਆਦਮੀ ਇਹਨੂੰ ਚਲਾ ਮਤਲਬ ਚਾਹੀਦੇ, ਇਨਕਲੂਡਿੰਗ ਨਰਸਰੀ ਪਟਕੇ ਜਿਹੜੇ ਲੈ ਕੇ ਆ ਰਹੇ। ਓਕੇ, ਹਾਂ, ਅਤੇ ਇਹਦੇ ਪਿੱਛੇ ਜਿਹੜਾ ਤੁਰ ਰਿਹਾ ਉਹ ਬੰਦਾ ਹੁਣ ਅੰਦਰ ਫੀਲਡ ਦੇ ਵਿੱਚ ਨਹੀਂ ਹੈ, ਉਹ ਬਾਹਰ ਬੈਠ ਕੇ ਕੰਮ ਕਰ ਰਿਹਾ ਹੈ, ਅਤੇ ਉਹੀ ਬੰਦਾ ਹੈਲਪ ਕਰੂਗਾ ਉਹ ਨਰਸਰੀ ਬਦਲਣ ਵਾਸਤੇ। ਤਾਂ ਪਹਿਲਾਂ ਜਿਹੜੇ 3 ਬੰਦਾ ਦੀ ਲੋੜ ਸੀਗੀ, ਹੁਣ ਇਕੱਲੇ 2 ਬੰਦੇ ਦੀ ਹੀ ਰਿਕੁਆਇਰਮੈਂਟ ਹੈ। ਜੇ ਆਪਾਂ ਪਰ ਹੈਕਟੇਅਰ ਦੀ ਜਾਂ ਪੂਰੇ ਦਿਨ ਦੀ ਗੱਲ ਕਰੀਏ, ਤਾਂ ਇਹ ਅਪਰੋਕਸੀਮੇਟਲੀ 35% ਤੋਂ ਲੈ ਕੇ 40% ਲੱਗਦੀ ਆਪਣੀ ਲੇਬਰ ਦੀ ਬਚਤ ਹੋ ਗਈ। ਡਾਕਟਰ ਸਾਹਿਬ, ਕੋਈ ਕੰਪਨੀਆਂ ਨੇ ਟਾਈਪ ਕੀਤਾ ਕਿ ਇਹ ਟੈਕਨੋਲੋਜੀ ਜਿਹੜੀ ਆ ਹੁਣ ਸਾਨੂੰ ਦਿੱਤੀ ਜਾਵੇ, ਅਸੀਂ ਅੱਗੇ ਮਸ਼ੀਨ ਤਿਆਰ ਕਰੀਏ? ਯੂਨੀਵਰਸਿਟੀ ਨੇ ਇਸ ਸਾਲ ਹੀ ਦੀ ਸਿਫਾਰਿਸ਼ ਕੀਤੀ ਹੈਗੀ ਆ, ਅਤੇ ਹੁਣ ਅਸੀਂ ਇਹਨੂੰ ਕਮਰਸ਼ਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਉਸ 'ਤੇ ਕੰਮ ਚੱਲ ਰਿਹਾ। ਤਾਂ ਬਿਲਕੁਲ ਇਹ ਮਸ਼ੀਨ ਜਿਹੜੀ ਆ ਤਿਆਰ ਹੋ ਚੁੱਕੀ ਆ, ਪਿਛਲੇ 3 ਸਾਲ ਤੋਂ ਯੂਨੀਵਰਸਿਟੀ ਨੇ ਐਕਸਪੈਰੀਮੈਂਟ ਕੀਤਾ, ਤਾਂ ਫਸਲਾਂ ਜਿਹੜੀਆਂ ਵਾ ਖੇਤਾਂ ਦੇ ਵਿੱਚ ਲੱਗ ਚੁੱਕੀਆਂ ਨੇ, ਕੁਛ ਹੀ ਸਮੇਂ ਬਾਅਦ ਇਸ ਦਾ ਰਿਜ਼ਲਟ ਵੀ ਜਿਹੜਾ ਆਵੇਗਾ। ਤਾਂ ਇਹ ਜਿਹੜੀ ਆ ਮਸ਼ੀਨ ਜੋ ਤਿਆਰ ਕੀਤੀ ਗਈ ਆ ਪੈਡੀ ਟਰਾਂਸਪਲਾਂਟਰ, ਤਾਂ ਇਹ ਮਸ਼ੀਨ ਜਿਹੜੀ ਆ ਬਿਨਾਂ ਖੇਤਾਂ ਦੇ ਵਿੱਚ ਕੋਈ ਮਜ਼ਦੂਰ ਨਹੀਂ ਜਾਣਾ ਪਵੇਗਾ ਉਸ ਨੂੰ, ਬਿਨਾਂ ਜਿਹੜੀ ਆ ਮਜ਼ਦੂਰ ਅੰਦਰ ਜਾਏ ਬਿਨਾਂ ਇਹ ਮਸ਼ੀਨ ਜਿਹੜੀ ਆ ਅੰਦਰ ਪੈਡੀ ਲਗਾਵੇਗੀ। ਤਾਂ ਆਸਾਨ ਜਿਹਾ ਕੰਮ ਜੋ ਕੀਤਾ ਵਾ, ਤਾਂ ਇਸ ਦੇ ਨਾਲ ਇਸਦਾ ਫਾਇਦਾ ਜਿਹੜਾ ਵਾ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਜਿਹੜਾ ਲਾਭ ਮਿਲ ਸਕਦਾ ਹੈ। ਮਨੀਸ਼ ਦੇ ਨਾਲ ਨਰਿੰਦਰ ਕੁਮਾਰ, ਜਗਮਾਈ ਟੀਵੀ, ਲੁਧਿਆਣਾ।